ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਇੱਕ ਪਿੰਡ ਦੇ ਵਿੱਚ ਸ਼ਰੇਆਮ ਗੋਲੀਆਂ ਚੱਲੀਆਂ ਨੇ ਜਿਸ ਦੇ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਪੰਜਾਬ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਸ਼ਾਮ ਨੂੰ ਇਸ ਦੇ ਨਤੀਜੇ ਐਲਾਨੇ ਜਾਣੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਸੁਰੱਖਿਆ ਦੇ ਜੋ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਪਰ ਬਾਵਜੂਦ ਇਸ ਦੇ ਲਗਾਤਾਰ ਗੋਲੀਆਂ ਚੱਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਤਾਜ਼ਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਤਾਂ ਤਰਨ ਤਾਰਨ ਦੇ ਵਿੱਚ ਵੋਟਿੰਗ ਦੇ ਦੌਰਾਨ ਫਾਇਰਿੰਗ ਹੋਈ ਹੈ ਪੋਲਿੰਗ ਬੂਥ ਦੇ ਬਾਹਰ ਗੋਲੀਆਂ ਚੱਲੀਆਂ ਨੇ ਇੱਕ ਸ਼ਖਸ ਦੇ ਉੱਤੇ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਨੇ ਜਿਸ ਦੇ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤਾਂ ਤਰਨ ਤਾਰਨ ਦੇ ਪਿੰਡ ਸੋਹਲ ਸੈਣ ਭਗਤ ਦੇ ਵਿੱਚ ਇਹ ਝੜਪ ਹੋਈ ਹੈ ਲਾਈਨ ਦੇ ਵਿੱਚ ਲੱਗਣ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਝਗੜਾ ਹੋਇਆ ਤੇ ਇੱਕ ਕਬੱਡੀ ਖਿਡਾਰੀ ਦੇ ਉੱਤੇ ਗੋਲੀਆਂ ਚਲਾਉਣ ਦੇ ਇਲਜ਼ਾਮ ਲੱਗੇ ਨੇ ਤਾਂ ਕਈ ਲੋਕਾਂ ਦੀਆਂ ਇਸ ਦੌਰਾਨ ਪੱਗਾਂ ਲੱਥੀਆਂ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਨੂੰ ਤੈਨਾਤ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਅੱਜ 13,000 ਤੋਂ ਵੱਧ ਪਿੰਡਾਂ ਦੇ ਉੱਤੇ ਵੋਟਿੰਗ ਕੀਤੀ ਜਾ ਰਹੀ ਹੈ ਸਰਪੰਚੀ ਦੀ ਚੋਣ ਹੋਣੀ ਹੈ ਪਰ ਇਸੇ ਦੇ ਵਿਚਕਾਰ ਹੁਣੇ ਵੱਡੀ ਖਬਰ ਤਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਵੋਟਿੰਗ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਲਾਈਨ ਦੇ ਵਿੱਚ ਲੱਗਣ ਨੂੰ ਲੈ ਕੇ ਝਗੜਾ ਹੋਇਆ ਪਹਿਲਾਂ ਤਾਂ ਪੋਲਿੰਗ ਏਜੰਟ ਦੇ ਉੱਤੇ ਵੀ ਹਮਲਾ ਕੀਤਾ ਗਿਆ ਉਸਦੇ ਪਰਿਵਾਰਕ ਮੈਂਬਰਾਂ ਨੂੰ ਜ਼ਖਮੀ ਕੀਤਾ ਗਿਆ ਅਤੇ ਫਿਰ ਦੱਸਿਆ ਜਾ ਰਿਹਾ ਕਿ ਪੋਲਿੰਗ ਬੂਥ ਤੋਂ ਬਾਹਰ ਨਿਕਲ ਕੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਨੇ ਤਾਂ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਲਗਾਤਾਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਧਰਨੇ ਲੱਗ ਰਹੇ ਨੇ ਪੋਲਿੰਗ ਬੂਥ ਦੇ ਬਾਹਰ ਕਈ ਥਾਵਾਂ ਦੇ ਉੱਤੇ ਹਲਕੀਆਂ ਝੜਪਾਂ ਹੋਈਆਂ ਨੇ ਅਤੇ ਹੁਣ ਇਹ ਗੋਲੀ ਚੱਲਣ ਦਾ ਵੱਡਾ ਮਾਮਲਾ ਕਿਹਾ ਜਾ ਸਕਦਾ ਕਿ ਸਾਹਮਣੇ ਆਇਆ ਤਰਨ ਤਾਰਨ ਤੋਂ ਤਾਂ ਲਗਾਤਾਰ ਜਦੋਂ ਤੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਉਸ ਤੋਂ ਬਾਅਦ ਲਗਾਤਾਰ ਅਜਿਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਤੇ ਝਗੜਾ ਲੜਾਈ ਪਰ ਅੱਜ ਵੀ ਪੰਚਾਇਤੀ ਚੋਣਾਂ ਦੀ ਲੈ ਕੇ ਵੋਟਿੰਗ ਹੋ ਰਹੀ ਹੈ ਅਤੇ ਇਸੇ ਵਿਚਕਾਰ ਹੁਣ ਗੋਲੀ ਚੱਲੀ ਹੈ ਜਿਸ ਦੇ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਮੈਂ ਪੋਲਿੰਗ ਏਜੰਟੀ ਅੰਦਰ ਤੇ ਪੋਲਿੰਗ ਏਜੰਟੀ ਅੰਦਰ ਕੋਈ ਤੋਂ ਮੇਰੇ ਨਾਲ ਕੈਮਰੇ ਲੱਗੇ ਸਕੂਲੇ ਮੇਰੇ ਚਾਚਾ ਜੀ ਦੋ ਜਿਹੜੇ ਕੈਂਡੀਡੇਟ ਸੀ ਇੱਕ ਉਹਨਾਂ ਦੀ ਪੱਗ ਲਾਈ ਇਹਨਾਂ ਨੇ ਇੱਕ ਮੇਰੇ ਆ ਮੈਂਬਰ ਸਾਹਿਬ ਆ ਪੁਰਾਣੇ ਇਹਨਾਂ ਦੇ ਸਿਰ 'ਚ ਕਿਰਪਾਨ ਮਾਰੀ ਆ ਇੱਕ ਸਾਡੇ ਬੰਦੇ ਦੀ ਇੱਥੋਂ ਤੱਕ ਪੱਗ ਵੀ ਲੈ ਗਏ ਆ ਫਿਰ ਇਹ ਤੋਂ ਬਾਹਰ ਗਏ ਉਲਟ ਜਾ ਕੇ ਨਾ ਅਗਲੇ ਬੰਨੇ ਚੱਕੀ ਆ ਉੱਥੋਂ ਜਾ ਕੇ ਇਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਆ ਜਿਹਨਾਂ ਫਾਇਰ ਕੀਤੀ ਆਲਰੇਡੀ ਇਹਨਾਂ ਦੇ ਪਰਚੇ ਆ ਜ਼ਮਾਨਤਾਂ ਉਹਨੇ ਕਰਾਈਆਂ ਜ਼ਮਾਨਤਾਂ ਕਰਾਉਣ ਦੇ ਬਾਵਜੂਦ ਹੀ ਬੰਦੇ ਅੰਦਰ ਵੜ ਵੜ ਕੇ ਬੰਦਿਆਂ ਨੂੰ ਡਰਾਉਂਦੇ ਧਮਕਾਉਣ ਦੇ ਵੋਟਾਂ ਪਾਉਂਦੇ ਆ ਉਲਟ ਕਹਿੰਦੇ ਕੋਲ ਇਹਨਾਂ ਦੇ ਪਰਚੇ ਕਰਾਉਣੇ ਆ ਅਤੇ ਆਲਰੇਡੀ ਇਹਨਾਂ ਕੋਲ ਸਾਡੀ ਐੱਫ ਆਈ ਆਰ ਇਹਨਾਂ ਦੇ ਕੋਲ ਆਲਰੇਡੀ ਮੇਰੇ ਕੋਲ ਆ ਜੀ ਇਹਨਾਂ ਬੰਦਿਆਂ ਜ਼ਮਾਨਤਾਂ ਨਹੀਂ ਕਰਾਈਆਂ ਐੱਫ ਆਈ ਆਰ ਮੇਰੇ ਕੋਲ ਨੰਬਰ ਆ ਤੁਹਾਨੂੰ ਐੱਫ ਆਈ ਆਰ ਵੀ ਦਿੰਦਾ ਉਹਨਾਂ ਦੀ ਕਿਹੜੇ ਬੰਦੇ ਗੋਲੀ ਕਿਹਨੇ ਚਲਾਈ ਕੌਣ ਹੈ ਬੰਦੇ ਕਹਿੰਦੀ ਗੁਰਦਾਸ ਸਿੰਘ ਮੁੰਡਾ ਕਬੱਡੀ ਖੇਡਦਾ ਅੱਛਾ ਉਹਦੇ ਨਾਲ ਚਾਰ ਪੰਜ ਬੰਦੇ ਹੋ ਰਹੇ ਉਹ ਤੁਹਾਡੇ ਤੇ ਇਲਜ਼ਾਮ ਲਾਉਂਦੇ ਕਿ ਤੁਸੀਂ ਮੈਂ ਵਰਗੀ ਗੋਲੀਆਂ ਤੁਸੀਂ ਚਲਾਈ ਨਹੀਂ ਸਰ ਉਹਨਾਂ ਦੀ ਗੋਲੀ ਤਾਂ ਆਪੇ ਵੱਜੀ ਉਹਨਾਂ ਦੀ ਗੋਲੀ ਜੀ ਉਹਨਾਂ ਦੀ ਪਿਸਤੌਲ ਦੀ ਵੱਜੀ ਹੈ ਅੱਛਾ ਚੈੱਕ ਕਰ ਲਓ ਉਹਨਾਂ ਦੇ ਲਾਇਸੈਂਸੀ ਹਥਿਆਰ ਦੇਣਾ ਚਾਹਾਂ ਬੰਦਾ ਤੁਹਾਨੂੰ ਨਾਂ ਦੱਸਦਾ ਵਾ ਜੇ ਨਾਂ ਹਥਿਆਰ ਜੇ ਹੋਣਗੇ ਤਾਂ ਦੱਸੋ ਉਹਨਾਂ ਦੇ ਕੋਲ ਹੈ ਜੀ ਉਹਨਾਂ ਚਲਾਈਆਂ ਉਹਨਾਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਇੱਕ ਪਿੰਡ ਦੇ ਵਿੱਚ ਸ਼ਰੇਆਮ ਗੋਲੀਆਂ ਚੱਲੀਆਂ ਨੇ ਜਿਸ ਦੇ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਪੰਜਾਬ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਸ਼ਾਮ ਨੂੰ ਇਸ ਦੇ ਨਤੀਜੇ ਐਲਾਨੇ ਜਾਣੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਸੁਰੱਖਿਆ ਦੇ ਜੋ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਪਰ ਬਾਵਜੂਦ ਇਸ ਦੇ ਲਗਾਤਾਰ ਗੋਲੀਆਂ ਚੱਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਤਾਜ਼ਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਤਾਂ ਤਰਨ ਤਾਰਨ ਦੇ ਵਿੱਚ ਵੋਟਿੰਗ ਦੇ ਦੌਰਾਨ ਫਾਇਰਿੰਗ ਹੋਈ ਹੈ ਪੋਲਿੰਗ ਬੂਥ ਦੇ ਬਾਹਰ ਗੋਲੀਆਂ ਚੱਲੀਆਂ ਨੇ ਇੱਕ ਸ਼ਖਸ ਦੇ ਉੱਤੇ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਨੇ ਜਿਸ ਦੇ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤਾਂ ਤਰਨ ਤਾਰਨ ਦੇ ਪਿੰਡ ਸੋਹਲ ਸੈਣ ਭਗਤ ਦੇ ਵਿੱਚ ਇਹ ਝੜਪ ਹੋਈ ਹੈ ਲਾਈਨ ਦੇ ਵਿੱਚ ਲੱਗਣ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਝਗੜਾ ਹੋਇਆ ਤੇ ਇੱਕ ਕਬੱਡੀ ਖਿਡਾਰੀ ਦੇ ਉੱਤੇ ਗੋਲੀਆਂ ਚਲਾਉਣ ਦੇ ਇਲਜ਼ਾਮ ਲੱਗੇ ਨੇ ਤਾਂ ਕਈ ਲੋਕਾਂ ਦੀਆਂ ਇਸ ਦੌਰਾਨ ਪੱਗਾਂ ਲੱਥੀਆਂ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਨੂੰ ਤੈਨਾਤ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਅੱਜ 13,000 ਤੋਂ ਵੱਧ ਪਿੰਡਾਂ ਦੇ ਉੱਤੇ ਵੋਟਿੰਗ ਕੀਤੀ ਜਾ ਰਹੀ ਹੈ ਸਰਪੰਚੀ ਦੀ ਚੋਣ ਹੋਣੀ ਹੈ ਪਰ ਇਸੇ ਦੇ ਵਿਚਕਾਰ ਹੁਣੇ ਵੱਡੀ ਖਬਰ ਤਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਵੋਟਿੰਗ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਲਾਈਨ ਦੇ ਵਿੱਚ ਲੱਗਣ ਨੂੰ ਲੈ ਕੇ ਝਗੜਾ ਹੋਇਆ ਪਹਿਲਾਂ ਤਾਂ ਪੋਲਿੰਗ ਏਜੰਟ ਦੇ ਉੱਤੇ ਵੀ ਹਮਲਾ ਕੀਤਾ ਗਿਆ ਉਸਦੇ ਪਰਿਵਾਰਕ ਮੈਂਬਰਾਂ ਨੂੰ ਜ਼ਖਮੀ ਕੀਤਾ ਗਿਆ ਅਤੇ ਫਿਰ ਦੱਸਿਆ ਜਾ ਰਿਹਾ ਕਿ ਪੋਲਿੰਗ ਬੂਥ ਤੋਂ ਬਾਹਰ ਨਿਕਲ ਕੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਨੇ ਤਾਂ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਲਗਾਤਾਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਧਰਨੇ ਲੱਗ ਰਹੇ ਨੇ ਪੋਲਿੰਗ ਬੂਥ ਦੇ ਬਾਹਰ ਕਈ ਥਾਵਾਂ ਦੇ ਉੱਤੇ ਹਲਕੀਆਂ ਝੜਪਾਂ ਹੋਈਆਂ ਨੇ ਅਤੇ ਹੁਣ ਇਹ ਗੋਲੀ ਚੱਲਣ ਦਾ ਵੱਡਾ ਮਾਮਲਾ ਕਿਹਾ ਜਾ ਸਕਦਾ ਕਿ ਸਾਹਮਣੇ ਆਇਆ ਤਰਨ ਤਾਰਨ ਤੋਂ ਤਾਂ ਲਗਾਤਾਰ ਜਦੋਂ ਤੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਉਸ ਤੋਂ ਬਾਅਦ ਲਗਾਤਾਰ ਅਜਿਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਤੇ ਝਗੜਾ ਲੜਾਈ ਪਰ ਅੱਜ ਵੀ ਪੰਚਾਇਤੀ ਚੋਣਾਂ ਦੀ ਲੈ ਕੇ ਵੋਟਿੰਗ ਹੋ ਰਹੀ ਹੈ ਅਤੇ ਇਸੇ ਵਿਚਕਾਰ ਹੁਣ ਗੋਲੀ ਚੱਲੀ ਹੈ ਜਿਸ ਦੇ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਮੈਂ ਪੋਲਿੰਗ ਏਜੰਟੀ ਅੰਦਰ ਕੋਈ ਤੋਂ ਮੇਰੇ ਨਾਲ ਕੈਮਰੇ ਲੱਗੇ ਸਕੂਲੇ ਮੇਰੇ ਚਾਚਾ ਜੀ ਦੋ ਜਿਹੜੇ ਕੈਂਡੀਡੇਟ ਸੀ ਇੱਕ ਉਹਨਾਂ ਦੀ ਪੱਗ ਲਾਈ ਇਹਨਾਂ ਨੇ ਇੱਕ ਮੇਰੇ ਆ ਮੈਂਬਰ ਸਾਹਿਬ ਆ ਪੁਰਾਣੇ
ਇਹਨਾਂ ਦੇ ਸਿਰ 'ਚ ਕਿਰਪਾਨ ਮਾਰੀ ਆ, ਇੱਕ ਸਾਡੇ ਬੰਦੇ ਦੀ ਇੱਥੋਂ ਤੱਕ ਪੱਗ ਵੀ ਲੈ ਗਏ ਆ, ਫਿਰ ਇੱਥੋਂ ਬਾਹਰ ਗਏ ਉਲਟ ਜਾ ਕੇ ਨਾ ਅਗਲੇ ਬੰਨੇ ਚੱਕੀ ਆ, ਉੱਥੋਂ ਜਾ ਕੇ ਇਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਆ, ਜਿਹਨਾਂ ਫਾਇਰ ਕੀਤੀ ਆਲਰੇਡੀ ਇਹਨਾਂ ਦੇ ਪਰਚੇ ਆ, ਜ਼ਮਾਨਤਾਂ ਉਹਨੇ ਕਰਾਈਆਂ, ਜ਼ਮਾਨਤਾਂ ਕਰਾਉਣ ਦੇ ਬਾਵਜੂਦ ਹੀ ਬੰਦੇ ਅੰਦਰ ਵੜ ਵੜ ਕੇ ਬੰਦਿਆਂ ਨੂੰ ਡਰਾਉਂਦਾ, ਧਮਕਾਉਣ ਦੇ ਵੋਟਾਂ ਪਾਉਂਦੇ ਆ, ਉਲਟ ਕਹਿੰਦੇ ਕੋਲ ਇਹਨਾਂ ਦੇ ਪਰਚੇ ਕਰਾਉਣੇ ਆ, ਅਤੇ ਆਲਰੇਡੀ ਇਹਨਾਂ ਕੋਲ ਸਾਡੀ ਐੱਫ ਆਈ ਆਰ ਇਹਨਾਂ ਦੇ ਕੋਲ, ਮੈਂ ਆਲਰੇਡੀ ਮੇਰੇ ਕੋਲ ਆ ਜੀ, ਇਹਨਾਂ ਬੰਦਿਆਂ ਜ਼ਮਾਨਤਾਂ ਨਹੀਂ ਕਰਾਈਆਂ, ਐੱਫ ਆਈ ਆਰ ਮੇਰੇ ਕੋਲ ਨੰਬਰ ਆ, ਤੁਹਾਨੂੰ ਐੱਫ ਆਈ ਆਰ ਵੀ ਦਿੰਦਾ ਉਹਨਾਂ ਦੀ। ਕਿਹੜੇ ਬੰਦੇ ਗੋਲੀ ਕਿੰਨੇ ਚਲਾਈ, ਕੌਣ ਹੈ ਬੰਦੇ? ਕਹਿੰਦੀ ਗੁਰਨਾਲ ਸਿੰਘ ਮੁੰਡਾ ਕਬੱਡੀ ਖੇਡਦਾ। ਅੱਛਾ, ਉਹਦੇ ਨਾਲ ਚਾਰ ਪੰਜ ਬੰਦੇ ਹੋ ਰਹੇ ਆ। ਉਹ ਤੁਹਾਡੇ ਤੇ ਲੋ ਇਲਜ਼ਾਮ ਲਾਉਂਦੇ ਕਿ ਤੁਸੀਂ ਮੈਂ ਵਰਗੀ ਗੋਲੀਆਂ ਤੁਸੀਂ ਚਲਾਈ? ਨਹੀਂ ਸਰ, ਉਹਨਾਂ ਦੀ ਗੋਲੀ ਆਪੇ ਵੱਜੀ, ਉਹਨਾਂ ਦੀ ਗੋਲੀ ਜੀ, ਉਹਨਾਂ ਦੀ ਪਿਸਤੌਲ ਦੀ ਵੱਜੀ ਆ। ਅੱਛਾ, ਚੈੱਕ ਕਰ ਲਓ ਉਹਨਾਂ ਦੇ ਲਾਇਸੈਂਸੀ ਹਥਿਆਰ ਕਿੰਨਾ ਚਾਹਵਾਂ ਬੰਦਾ, ਤੁਹਾਨੂੰ ਨਾਂ ਦੱਸਦਾ ਵਾ, ਜੇ ਨਾ ਹਥਿਆਰ ਜੇ ਹੋਣਗੇ ਤਾਂ ਦੱਸੋ, ਉਹਨਾਂ ਦੇ ਕੋਲ ਹੈ ਜੀ, ਉਹਨਾਂ ਚਲਾਈਆਂ ਉਹਨਾਂ ਨੇ।